ਪੰਜਾਬ ਦੇ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਡਰੱਗਸ ਦੇ ਮੁੱਦੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕਾਫੀ ਕਹਿ ਸਕਦੇ ਹਾਂ ਕਿ ਕਾਫੀ ਵੱਡੇ ਉਪਰਾਲੇ ਕੀਤੇ ਗਏ ਨੇ, ਬੜੇ ਵੱਡੇ ਡਰੱਗਸ ਸਮਗਲਰ ਜਿਹੜੇ ਕਾਬੂ ਕੀਤੇ ਗਏ ਨੇ। ਇਸ ਵੇਲੇ ਅਸੀਂ ਮੌਜੂਦ ਹਾਂ ਮੋਹਾਲੀ ਦੇ 11 ਫੇਸ ਦੇ ਨੇੜੇ ਨੇੜੇ, ਜਿੱਥੇ ਸਪੈਸ਼ਲ DGP RP ਸ਼ੁਕਲਾ ਜੀ ਵੀ ਸਾਡੇ ਨਾਲ ਨੇ। ਸਰ, ਲਗਾਤਾਰ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾਂਦਾ ਹੈ, ਖਾਸ ਤੌਰ ਤੇ ਡਰੱਗਸ ਨੂੰ ਲੈ ਕੇ ਇਸ ਵਾਰ ਪੂਰੀ ਚੈਕਿੰਗ ਵਗੈਰਾ ਕੀਤੀ ਜਾ ਰਹੀ ਹੈ, ਮਕਸਦ ਕੀ? ਮਕਸਦ ਇਹੀ ਹੈ ਕਿ ਜਿਹੜਾ ਇਹ ਡਰੱਗਸ ਦਾ ਇੱਕ ਸਮੱਸਿਆ ਪੰਜਾਬ ਦੇ ਵਿੱਚ ਹੈ, ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਲੋਕਾਂ ਨੂੰ ਐਜੂਕੇਟ ਕੀਤਾ ਜਾਵੇ। ਜਿਹੜੇ ਸਾਡੇ ਬੱਚੇ ਇਸ ਗਲਤ ਪਾਸੇ ਤੁਰ ਗਏ ਹੈ, ਉਹਨਾਂ ਨੂੰ ਡੀਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਔਰ ਬਹੁਤ ਸਖਤੀ ਨਾਲ ਇਨਫੋਰਸ ਕਰਕੇ ਜਿਹੜੇ ਸਾਡੇ ਡਰੱਗ ਪੈਡਲਰਸ ਹੈ, ਸਪੈਸ਼ਲੀ ਜਿਹੜੇ ਵੱਡੇ ਸਮਗਲਰਸ ਹੈ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਰ, ਖਾਸ ਤੌਰ ਤੇ ਆਈਡੈਂਟੀਫਾਈ ਜਿਹੜੇ ਹੌਟਸਪੌਟ ਏਰੀਆ ਉਹ ਆਈਡੈਂਟੀਫਾਈ ਕੀਤੇ ਨੇ ਪੰਜਾਬ 'ਚ, ਅੱਜ ਕਿੱਥੇ ਕਿੱਥੇ ਜਿਹੜਾ ਹੈਗਾ ਪੂਰੇ ਸਟੇਟ ਦੇ ਵਿੱਚ ਇਹ ਪੂਰਾ ਆਪਰੇਸ਼ਨ ਕੀਤਾ ਜਾ ਰਿਹਾ ਹੈ? ਇਹ ਪੂਰੇ ਪੰਜਾਬ 'ਚ ਅੱਜ ਆਪਰੇਸ਼ਨ ਕੀਤਾ ਜਾ ਰਿਹਾ ਔਰ ਹੁਣ ਤੱਕ ਦੀ ਮੇਰੀ ਰਿਪੋਰਟ ਦੇ ਮੁਤਾਬਕ ਜਿਹੜੇ ਅਸੀਂ ਆਪਰੇਸ਼ਨ ਵੱਖ ਵੱਖ ਜ਼ਿਲ੍ਹਿਆਂ 'ਚ ਕੀਤੇ ਆ, ਹੁਣ ਤੱਕ 26 ਪਰਚੇ ਦਰਜ ਹੋ ਚੁੱਕੇ ਆ, ਕਾਫੀ ਵੱਡੀ ਮਾਤਰਾ ਦੇ ਵਿੱਚ ਨਾਰਕੋਟਿਕਸ ਰਿਕਵਰ ਹੋਏ ਆ ਔਰ ਇਸ ਤਰ੍ਹਾਂ ਦੇ ਅਸੀਂ ਆਪਰੇਸ਼ਨਸ ਕਰਦੇ ਰਹਿੰਦੇ ਹਾਂ ਔਰ ਅੱਗੇ ਵੀ ਕਰਦੇ ਰਹਾਂਗੇ। ਜਿਹੜੀ ਬਾਕੀ ਪੂਰੀ ਸਟੇਟ ਦੀ ਰਿਪੋਰਟ ਹੈ ਸ਼ਾਮ ਤੱਕ ਦੀ, ਉਹ ਤੁਹਾਡੇ ਨਾਲ ਮੈਂ ਬਾਅਦ 'ਚ ਸਾਂਝੀ ਕਰਾਂਗਾ। ਸਰ, ਬਾਰਡਰ ਏਰੀਆ ਦੀ ਲਗਾਤਾਰ ਰਿਕਵਰੀਜ਼ ਵੀ ਹੋਈਆਂ, ਅਰੈਸਟਿਡ ਵੀ ਹੋਈਆਂ, ਹੁਣ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ, ਜਿੱਦਾਂ ਤੁਸੀਂ ਕਿਹਾ ਕਿ ਲਗਾਤਾਰ ਹੋਰ ਵੀ ਸਟਰੈਂਥਨ ਕੀਤਾ ਜਾ ਰਿਹਾ, CCTVs ਕੈਮਰੇ ਜਾਂ ਫਿਰ ਹੋਰ ਵੀ ਜਿਹੜੇ ਸਟਰਕਚਰ ਉਹ ਵੀ ਲਾਏ ਜਾ ਰਹੇ? ਬਾਰਡਰ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਮੁਸਤੈਦ ਹੈ, ਸਾਡੇ ਦੋ ਮੇਜਰ ਚੈਲੰਜਸ ਹੈ, ਇੱਕ ਤਾਂ ਕ੍ਰੋਸ ਬਾਰਡਰ ਜਿਹੜਾ ਇਨਫਿਲਟ੍ਰੇਸ਼ਨ ਹੈ ਉਸ ਨੂੰ ਰੋਕਣਾ, ਦੂਸਰਾ ਡਰੋਨ ਰਾਹੀਂ ਜਿਹੜੀ ਡਰੱਗਸ ਆ ਰਹੀ ਹੈ ਉਸ ਨੂੰ ਰੋਕਣਾ ਔਰ ਲਗਾਤਾਰ ਅਸੀਂ BSF ਦੇ ਨਾਲ ਤਾਵੁਨ ਰੱਖ ਕੇ ਇਹ ਜਿਹੜਾ ਡਰੱਗਸ ਦਾ ਮਸਲਾ ਹੈ ਇਸ ਦੇ ਉੱਤੇ ਵੀ ਸਖਤ ਕਾਰਵਾਈ ਕਰ ਰਹੇ ਹਾਂ। ਅਸੀਂ ਸੈਕਿੰਡ ਲਾਈਨ ਆਫ ਡਿਫੈਂਸ ਇੱਕ ਬਣਾਈ ਹੈ 7 ਜ਼ਿਲ੍ਹਿਆਂ ਦੇ ਵਿੱਚ ਜੋ ਕਿ ਇਸ ਤੋਂ ਸਰ ਅੰਜਾਮ ਦੇ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਉਪਰਾਲੇ ਕੀਤੇ ਗਏ, ਜਿੱਦਾਂ ਤੁਸੀਂ ਕਿਹਾ ਕਿ 40 ਕਰੋੜ ਸਰਕਾਰ ਤੋਂ ਵੀ ਰੱਖੇ ਗਏ, ਉਹਦੇ ਵਿੱਚ ਵੱਖ ਵੱਖ ਜਿਹੜੇ ਡਿਪਾਰਟਮੈਂਟਸ ਨੇ ਜਾਂ ਵੀ ਹੋਰ ਵੀ ਸਟਰੈਂਥ ਜਾਂ CCTV ਦੇ ਨਾਲ ਹੋਰ ਵੀ ਜਿਹੜੀ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਡਿਵੈਲਪ? ਅਸੀਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ 40 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਸਾਨੂੰ ਦਿੱਤੇ ਗਏ ਆ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਲਈ, ਉਹਦੇ 'ਚ 20 ਕਰੋੜ ਦੇ ਕੈਮਰੇ ਲਗਾਵਾਂਗੇ, 20 ਕਰੋੜ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈ ਔਰ 10 ਕਰੋੜ ਦਾ ਅਸੀਂ ਮੋਬਿਲਿਟੀ ਅਸੀਂ ਆਪਣੀ ਇੰਪਰੂਵ ਕਰਾਂਗੇ ਉਹਦੇ ਵਿੱਚ ਔਰ ਵਿਲੇਜ ਡਿਫੈਂਸ ਕਮੇਟੀਜ਼ ਵੀ ਬਣਾਈਆਂ ਜਿਸ ਦੇ ਵਿੱਚ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਜੇ ਕੋਈ ਡਰੋਨ ਸਾਈਟਿੰਗ ਹੋਵੇ, ਜੇ ਕੋਈ ਸਮਗਲਿੰਗ ਕਰ ਰਿਹਾ ਉਸ ਦੇ ਬਾਰੇ ਸਾਨੂੰ ਇਤਲਾਹ ਦੇਵੇ ਤਾਂ ਕਿ ਅਸੀਂ ਉਹਨੂੰ ਇਨਾਮ ਵੀ ਦੇ ਸਕੀਏ ਔਰ ਨਾਲ ਦੀ ਨਾਲ ਇੱਕ ਮੂਵਮੈਂਟ ਬਣ ਜਾਏ ਤਾਂ ਕਿ ਡਰੱਗਸ ਦੇ ਖਿਲਾਫ ਲੋਕੀ ਖੜੇ ਹੋ ਜਾਣ। ਕਿਉਂਕਿ ਬਾਰਡਰ ਏਰੀਆ ਆਪਣੇ ਨਾਲ ਜੋੜਦੇ ਨੇ, ਆਪਾਂ ਦੂਜੀ ਸਟੇਟ ਦੀ ਵੀ ਅਸੀਂ ਗੱਲ ਕਰ ਲਈ, ਕਿਉਂਕਿ ਪਿਛਲੇ ਦਿਨਾਂ ਦੇਖਿਆ ਗਿਆ ਕਿ ਕਾਫੀ ਜਿਹੜੀ ਹੈਗੀ MP ਤੋਂ ਰਾਜਸਥਾਨ ਏਰੀਆ ਸਾਰਾ ਨਾਲ ਪੈਂਦਾ, ਉਹਦੇ ਵਾਸਤੇ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਜਿਹੜੀ ਹੈਗੀ? ਸਾਡੀ ਜਿਹੜੇ ਜਿੰਨੀ ਵੀ ਸਟੇਟਸ ਹੈਗੀਆਂ, ਸਾਡੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, JNK, ਜਿਹੜੀ ਸਾਡੀ ਨੇਬਰਿੰਗ ਸਟੇਟਸ ਹੈ, ਇਹਨਾਂ ਨਾਲ ਅਸੀਂ ਡੇ ਟੂ ਡੇ ਬੇਸਿਸ ਤੇ ਜਿਹੜੇ ਉਹਨਾਂ ਦੇ ਲਾਅ ਐਂਡ ਆਰਡਰ ਦੇ ਐਡੀਸ਼ਨਲ DGs ਹੈ ਉਹਨਾਂ ਨਾਲ ਸੰਪਰਕ ਦੇ ਵਿੱਚ ਹੁੰਦੇ ਹਾਂ ਔਰ ਜੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਇਮੀਡੀਏਟਲੀ ਕਾਰਵਾਈ ਕੀਤੀ ਜਾਂਦੀ ਹੈ। ਬਿਲਕੁਲ, ਸਪੈਸ਼ਲ DGP RP ਸ਼ੁਕਲਾ ਅੱਜ ਪਹੁੰਚੇ ਨੇ ਅਤੇ ਵੱਖ ਵੱਖ ਏਰੀਆ ਦੇ ਵਿੱਚ ਅੱਜ ਸਰਚ ਆਪਰੇਸ਼ਨ ਕੀਤਾ ਜਾ ਰਿਹਾ, ਖਾਸ ਤੌਰ ਤੇ ਡਰੱਗਸ ਨੂੰ ਲੈ ਕੇ, ਡਰੱਗਸ ਦੇ ਮੁੱਦੇ ਨੂੰ ਲੈ ਕੇ ਵੱਖ ਵੱਖ ਜਿਹੜੇ ਹੌਟਸਪੌਟ ਏਰੀਆ ਨੇ ਉਹਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੂੰ ਆਈਡੈਂਟੀਫਾਈ ਹੋ ਰਿਹਾ ਉੱਥੇ ਚੈਕਿੰਗ ਕੀਤੀ ਜਾ ਰਹੀ ਔਰ ਖੁਦ ਜਿਹੜੇ ਸੀਨੀਅਰ ਆਫਿਸਰਸ ਨੇ ਉਹ ਪੂਰਾ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ। ਇਹ ਮੋਹਾਲੀ ਜ਼ਿਲ੍ਹੇ ਦਾ 11 ਫੇਸ ਦਾ ਏਰੀਆ,
ਕਲੋਨੀ ਏਰੀਆ ਜਿੱਥੇ ਪੂਰਾ ਜਿਹੜਾ ਚੈਕਿੰਗ ਹੈ ਜਿੱਥੇ ਵੀ ਕੀਤੀ ਜਾ ਰਹੀ ਹੈ ਔਰ ਆਇਡੈਂਟੀਫਾਈ ਕੀਤਾ ਗਿਆ ਉੱਥੇ ਪੂਰੇ ਏਰੀਆ ਦੇ ਵਿੱਚ ਔਰ ਪੁਲਿਸ ਸਟੇਸ਼ਨ ਤੇ ਅਸੀਂ ਗੱਲ ਕਰ ਲਈਏ ਵੱਖ ਵੱਖ SSP ਮੋਹਾਲੀ ਵੀ ਨਾਲ ਨੇ ਔਰ ਜਿੰਨੇ ਵੀ ਜਿਹੜੇ ਏਰੀਆਜ਼ ਨੇ ਖੁਦ ਪੁਲਿਸ ਆਫਿਸਰ ਇੱਥੇ ਪਹੁੰਚ ਕੇ ਜਿਹੜੇ ਵੀ ਘਰ ਆਇਡੈਂਟੀਫਾਈ ਕੀਤੇ ਨੇ ਜਾਂ ਫਿਰ ਜਿਹਦੇ ਤੇ ਕੋਈ ਸ਼ੱਕੀ ਹੈ ਉੱਥੇ ਵੀ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਔਰ ਮਕਸਦ ਇਹੀ ਹੈ ਕਿ ਜਿਹੜੇ ਡਰੱਗਸ ਸਮਗਲਰ ਨੇ ਜਾਂ ਡਰੱਗਸ ਜਿਹੜੇ ਪੈਡਲਰਸ ਨੇ ਉਹ ਕਿਸ ਤਰ੍ਹਾਂ ਉਹਨਾਂ ਦਾ ਪੂਰਾ ਨੈਕਸਸ ਬ੍ਰੇਕ ਕਰਨਾ ਹੈ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਉਹ ਕਰਨਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਇਹ ਪੂਰੀ ਪੁਲਿਸ ਫੋਰਸ ਲਾਈ ਗਈ ਹੈ ਔਰ ਜਿੱਥੇ ਜਿੱਥੇ ਕੋਈ ਸ਼ੱਕ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਸ ਦੇ ਆਧਾਰ ਤੇ ਪੂਰਾ ਚੈੱਕ ਕੀਤਾ ਜਾ ਰਿਹਾ ਔਰ ਸੀਨੀਅਰ ਅਫਸਰਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਜਿੰਨੇ ਵੀ ਅੱਜ ਕੋਆਰਡੀਨੈਂਸ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਪੂਰੇ ਸਟੇਟ ਦੇ ਵਿੱਚ 26 ਪਰਚੇ ਹੋ ਚੁੱਕੇ ਨੇ ਔਰ ਰਿਕਵਰੀ ਵੀ ਅਸੀਂ ਕਹਿ ਸਕਦੇ ਹਾਂ ਕਿ ਰਿਕਵਰੀ ਵੀ ਜ਼ਿਆਦਾ ਹੋਈ ਹੈ ਰਿਕਵਰੀ ਨੂੰ ਲੈ ਕੇ ਵੀ ਜਿਹੜੀ ਪੁਲਿਸ ਅਫਸਰਾਂ ਨੇ ਜਾਣਕਾਰੀ ਦਿੱਤੀ ਹੈ ਮਕਸਦ ਇਹੀ ਹੈ ਕਿ ਡਰੱਗਸ ਕਿਸ ਤਰ੍ਹਾਂ ਅਸੀਂ ਖਤਮ ਕਰੀਏ ਡਰੱਗਸ ਦੇ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਹੋਰ ਵੀ ਚੀਜ਼ਾਂ ਦਾ ਜਿਹੜਾ ਕੋਆਰਡੀਨੇਸ਼ਨ ਜਿਹੜੀ ਦੂਜੇ ਸਟੇਟ ਦੇ ਨਾਲ ਕੀਤੀ ਜਾਵੇ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਧਰਪਕੜ ਕੀਤੀ ਜਾਂਦੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਜਿਹੜਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਔਰ ਖਾਸ ਤੌਰ 'ਤੇ ਜਿਹੜੇ ਕਲੋਨੀ ਏਰੀਆ ਜਿਹੜੇ ਹੌਟਸਪੌਟ ਏਰੀਆ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਪੂਰਾ ਜਿਹੜੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਔਰ ਸਵੇਰ ਤੋਂ ਹੀ ਲੈ ਕੇ ਜੇ ਅਸੀਂ ਗੱਲ ਕਰ ਲਈਏ ਅੱਜ ਸਵੇਰ ਤੋਂ ਹੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਸਰਚ ਆਪਰੇਸ਼ਨ ਜਿਹੜੇ ਉਹ ਜਾ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ 11 ਫੇਜ਼ ਦੀਆਂ ਤਸਵੀਰਾਂ ਨੇ ਜਿੱਥੇ ਸੀਨੀਅਰ ਅਫਸਰਾਂ ਵੱਲੋਂ ਪੂਰਾ ਰੇਡ ਕੀਤੀ ਜਾ ਰਹੀ ਔਰ ਸੀਨੀਅਰ ਅਫਸਰ ਖੁਦ ਮੌਕੇ ਤੇ ਮੌਜੂਦ ਨੇ ਪੰਜਾਬ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ